ਤੁਸੀਂ ਅਗਰ ਕੋਈ ਹਿੰਮਤ ਦੀ ਮਿਸਾਲ ਦੇਖਣਾ ਚਾਹੁੰਦੇ ਹਨ ਤਾਂ ਸਾਡੇ ਇੱਥੇ ਭਾਜੀ ਨੇ ਜੀ ਰਜੇਸ਼ ਜੀ ਔਰ ਸਾਡੇ ਭੈਣ ਜੀ ਨੇ ਇੱਥੇ ਪੂਜਾ ਜੀ, ਬੜੀ ਕਹਿ ਸਕਦੇ ਹਾਂ ਦਰਦਨਾਕ ਕਹਾਣੀ ਹੈ, ਪਰ ਹਿੰਮਤ ਜੋ ਹੈ ਉਹ ਬੇਮਿਸਾਲ ਆ ਜੀ। ਗੱਲਬਾਤ ਕਰਦੇ ਹਾਂ, ਫੈਕਟਰੀ ਕੰਮ ਕਰਦਾ ਸੀ, ਉੱਥੇ ਕੰਮ ਕਰਦੇ ਨਾਲ ਬਲਾਸਟ ਹੋ ਗਿਆ ਸੀ। ਅੱਛਾ ਜੀ, ਕੈਮੀਕਲ ਦਾ ਬਲਾਸਟ ਹੋ ਗਿਆ, ਫਿਰ ਸਾਰੇ ਫੇਸ ਤੇ ਪੈ ਗਿਆ। ਓਕੇ ਜੀ, ਤੇ ਬੋਡੀ ਤੇ ਵੀ ਪੈ ਗਿਆ, ਮੇਰੀ ਅੱਖਾਂ ਤੇ ਵੀ ਪੈ ਗਿਆ। ਓਕੇ ਜੀ, ਉਹਦੇ ਕਰਕੇ ਮੇਰੀਆਂ ਅੱਖਾਂ ਸਾਰੀਆਂ ਡੈਮੇਜ ਹੋ ਗਈਆਂ ਜੀ। ਇਸ ਕਰਕੇ ਇੱਕ ਅੱਖ ਤੋਂ ਦਿਖਦਾ ਨਹੀਂ ਆ, ਇੱਕ ਤੋਂ ਮਤਲਬ ਵੀ ਨਾ ਮਾਤਰ ਬਹੁਤ ਘੱਟ ਦਿਖਦਾ। ਓਕੇ ਜੀ, ਤੇ ਫਿਰ ਉਹ ਜਿਹੜੇ ਜਿੱਦਾਂ ਫੈਕਟਰੀ ਵਾਲੇ ਆ, ਉਹਨਾਂ ਨੇ ਵੀ ਜਿੱਦਾਂ ਤੁਸੀਂ ਕਹਿ ਰਹੇ ਸੀ ਕਿ ਉਹਨਾਂ ਨੇ ਵੀ ਕੋਈ ਖਾਸ ਮਦਦ ਨਹੀਂ ਕੀਤੀ। ਹਾਂਜੀ, ਉਹਨਾਂ ਨੇ ਵੀ ਥੋੜੇ ਬਹੁਤ ਪੈਸੇ ਦਿੱਤੇ, ਪਰ ਬਾਈ ਲਿਖ ਲਿਖਾ ਕੇ ਉਹਨਾਂ ਨੇ ਸਭ ਕੁਝ ਨਿਬੇੜ ਲਿਆ। ਔਰ ਸਾਡੇ ਸਿਸਟਮ ਦਾ ਗੱਲ ਜਾਂ ਤਗੜੇ ਦਾ 7-20-100 ਕਰਕੇ ਕੋਈ ਗੱਲਬਾਤ ਨਹੀਂ ਬਣੀ। ਹੁਣ ਇਹ ਸਾਡੇ ਭੈਣ ਜੀ ਨੇ ਜੀ ਪੂਜਾ ਜੀ, ਇਹ ਹੁਣ ਕੀ ਕਰ ਰਹੇ ਨੇ ਜੀ? ਇਹਨਾਂ ਨੂੰ ਜ਼ਰੂਰਤਾਂ ਬਹੁਤ ਹੈ, ਪਰ ਤੁਹਾਡੇ ਕੋਲੋਂ ਸਿਰਫ ਅਸੀਂ ਅੰਮ੍ਰਿਤਸਰ ਵਾਸੀਆਂ ਕੋਲੋਂ ਸਿਰਫ ਇੱਕ ਚੀਜ਼ ਮੰਗਦੇ ਹਾਂ ਕਿ ਤੁਸੀਂ ਹੋਰ ਕੋਈ ਜ਼ਰੂਰਤ ਕਰ ਸਕਦੇ ਆ ਕਰ ਦਿਓ, ਨਹੀਂ ਵੀ ਕਰ ਸਕਦੇ ਪਰ ਇਹਨਾਂ ਕੋਲ ਕੁਛ ਨਾ ਕੁਛ ਆਪਾਂ ਖਾ ਕੇ ਜਾਣਾ। ਹੁਣ ਕਮਾਉਣ ਵਾਲੇ ਸਿਰਫ ਸਾਡੇ ਭੈਣ ਜੀ ਨੇ, ਔਰ ਸਾਡੀ ਤੁਹਾਡੇ ਅੱਗੇ ਬੇਨਤੀ ਹੈ ਕਿ ਇਹਨਾਂ ਕੋਲ ਕੁਛ ਨਾ ਕੁਛ ਖਾ ਕੇ ਜਾਣਾ। ਕੀ ਬਣਾਉਂਦੇ ਆ, ਕਿੱਥੇ ਆ, ਉਹ ਸਾਰੀਆਂ ਚੀਜ਼ਾਂ ਅਸੀਂ ਦੱਸ। ਹੁਣ ਕਿੰਨੇ ਕਦੋਂ ਦੀ ਆਈ ਹੈ ਭਾਜੀ ਇਹ ਫਰੋਕ? ਦੋ ਸਾਲ ਹੋ ਗਏ। ਕਿਵੇਂ ਸੋਚਿਆ ਜੀ ਇਹ? ਭਾਜੀ ਤੁਸੀਂ ਘਰ ਦਾ ਟਾਈਮ ਕਾਫੀ ਕਵਾਰ ਦਾ ਕੰਮ ਕਰਦੇ ਸੀ, ਡੈਡੀ ਵੀ, ਤੇ ਉਹਨਾਂ ਨੂੰ ਇੱਕਦਮ ਇਸ ਤਰ੍ਹਾਂ ਅਟੈਕ ਹੋ ਗਿਆ ਸੀ ਪੈਰਾਲਾਈਜ਼ ਦਾ ਜੀ, ਤੇ ਉਹੀ ਮਾੜਾ ਮੋਟਾ ਲੈ ਕੇ ਆਉਂਦੇ ਸੀ ਘਰ ਕਮਾਉਣ ਵਾਸਤੇ, ਤੇ ਹੁਣ ਉਹ ਹੈਗਾ ਨਹੀਂ, ਤੇ ਉਹ ਵੀ ਨਹੀਂ ਹੈਗਾ। ਹਾਂਜੀ, ਤੇ ਹੁਣ ਫਿਰ ਇਹ ਕੰਮ ਸ਼ੁਰੂ ਕੀਤਾ? ਹਾਂਜੀ, ਤਾਂ ਸ਼ੁਰੂ ਓਕੇ ਜੀ, ਤੇ ਹੁਣ ਆਪ ਇਦਾਂ ਵੀ ਨਹੀਂ ਤੋਦਾ, ਆਪ ਹੀ ਲੈ ਕੇ ਜਾਂਦੀ ਇਹਨਾਂ ਦੇ, ਆਪ ਹੀ ਤੁਸੀਂ ਇਹਨਾਂ ਦਾ ਮਤਲਬ ਹੁਣ ਅੱਖਾਂ ਬਣੇ ਹੋਏ ਜੀ। ਹੁਣ ਕੀ ਹੁੰਦਾ ਭੈਣ ਜੀ ਆਪਣੇ ਕੋਲ ਜੀ? ਹਾਂਜੀ ਭਾਜੀ, ਮੇਰੇ ਕੋਲ ਇਸ ਟਾਈਮ ਚਾਂਪ ਹੈ, ਡਰੈਗਨ ਰੋਲ ਹੈ ਜੀ, ਬਰਗਰ ਹੈਗਾ ਜੀ ਜੀ, ਸਪਰਿੰਗ ਰੋਲ ਹੈ, ਪਟੈਟੋ ਰੋਲ ਹੈ, ਤੇ ਸਮੋਸੇ ਹੈ, ਤੇ ਫ੍ਰੈਂਚ ਫ੍ਰਾਈਜ਼ ਦਾ ਸਮਾਨ ਹਜੇ ਮੈਂ ਤਿਆਰ ਕਰਦੀ ਪਈ ਹਾਂ। ਓਕੇ ਜੀ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਆਪ ਬਣਾਉਂਦੇ ਹੋ? ਹਾਂਜੀ। ਤੇ ਹੁਣ ਭੈਣ ਜੀ ਸਾਡੇ ਵਾਸਤੇ ਕੀ ਲੱਗੇ ਜੀ ਲਾਉਣ? ਹੁਣ ਬਣਾ ਕੇ ਖਵਾ ਲੱਗੀ ਹਾਂ, ਡਰੈਗਨ ਰੋਲ ਹੈਗਾ। ਡਰੈਗਨ ਰੋਲ ਜੀ, ਇਹਦੇ ਵਿੱਚ ਕੀ ਹੁੰਦਾ ਜੀ ਦੱਸ ਦਿਓ ਮਾੜਾ ਜਿਹਾ। ਹਾਂਜੀ ਜੀ, ਇਹਦੇ ਵਿੱਚ ਸਬਜ਼ੀਆਂ ਹੁੰਦੀਆਂ ਤੇ ਸਵੀਟ ਕੋਰਨ ਹੁੰਦੀ ਹੈ ਜੀ। ਸਬਜ਼ੀਆਂ ਤੇ ਸਵੀਟ ਕੋਰਨ? ਹਾਂਜੀ, ਇਹਨੂੰ ਪਹਿਲਾਂ ਤਲ ਕੇ ਤੇ ਫੇਰ ਕੱਟਣਾ ਹੈ ਜੀ। ਠੀਕ ਹੈ ਜੀ। ਹਾਂਜੀ, 7-8 ਆਪਰੇਸ਼ਨ ਕਰਤੇ? 7-8 ਆਪਰੇਸ਼ਨ ਹੋ ਚੁੱਕੇ ਜੀ। ਇੱਕੋ ਅੱਖ ਦੇ ਉਹ ਵੀ? ਅੱਛਾ ਜੀ, ਸੱਜੀ ਦਾ ਕੁਛ ਨਹੀਂ ਕੀਤਾ ਉਹਨਾਂ ਨੇ। ਓਕੇ ਜੀ, ਤੇ ਪੈਸੇ ਵੀ ਫਿਰ ਪੱਲਿਓ ਹੀ ਲਾਏ ਜੀ ਸਾਰੇ? ਹਾਂਜੀ, ਹੁਣ ਤਾਂ ਪੱਲਿਓ ਹੀ ਲੱਗਣ ਦੇ, ਜਿਹੜੇ ਉਹਨਾਂ ਨੇ ਉਹ ਤਾਂ 2-3 ਪੇਸ਼ਨਾਂ 'ਚ ਖਤਮ ਹੋ ਗਏ ਸੀ ਜਿਹੜੇ ਉਹਨਾਂ ਨੇ, ਜਿਹੜਾ 2-3 ਲੱਖ ਦਿੱਤਾ ਸੀ। ਹਾਂਜੀ, ਅੱਛਾ, ਕਲੈਂਟਸ ਪੁਤਲੀ ਘਰ ਹੈਗਾ ਨਾ ਜੀ, ਉੱਥੇ ਇਹ ਹੁਣ ਤਲਿਆ ਗਿਆ, ਹੁਣ ਇਹਨੂੰ ਸਰਵ ਕਰਨਾ ਜੀ। ਜੀ ਇਹ 3 ਤਰ੍ਹਾਂ ਦੀ ਚਟਨੀ ਹੈ, ਮਿਓਨੀਜ਼, ਰੈਡ ਗ੍ਰੀਨ, ਰੈਡ ਸੌਸ, ਇਹ ਬਾਜ਼ਾਰੀ ਚਟਨੀ, ਤੇ ਇਹ ਘਰ ਦੀ ਚਟਨੀ ਨਾਲ। ਇਹ ਚਟਨੀ ਆਪ ਬਣਾਈ ਹੈ? ਹਾਂਜੀ, ਇਹ ਮੈਂ ਆਪ ਬਣਾਈ ਹੈ ਜੀ। ਪਰ ਔਰ ਇਹ ਕਿੰਨੇ ਦਾ ਜੀ ਇਹ ਸਾਰਾ? ਇਹ 20 ਰੁਪਏ ਦਾ। 20 ਰੁਪਏ ਦਾ ਜੀ ਡਰੈਗਨ ਰੋਲ? ਓਕੇ, ਇਹ 20 ਦਾ ਹੈਗਾ ਜੀ, ਇਹ 10 ਦੇ 2 ਨੇ, 10 ਦੇ 2 ਸਮੋਸੇ ਹੈ ਜੀ। ਹਾਂਜੀ, ਓਕੇ ਜੀ, ਇਹ ਪਟੈਟੋ ਰੋਲ ਹੈਗਾ, ਇਹ 10 ਦਾ ਹੈਗਾ ਜੀ ਜੀ, ਤੇ ਸਪਰਿੰਗ ਰੋਲ 10 ਦਾ ਹੈਗਾ, ਤੇ ਬਰਗਰ 20 ਵਾਲਾ ਹੈਗਾ ਜੀ। ਬਰਗਰ 20 ਰੁਪਏ? ਹਾਂਜੀ, ਜਿਹੜੇ ਫ੍ਰੈਂਚ ਫ੍ਰਾਈਜ਼ ਹੈਗੇ ਆ ਉਹ ਮਤਲਬ ਤੁਸੀਂ ਆਪਣੇ ਹਿਸਾਬ ਨਾਲ, ਮਤਲਬ 20 ਦੇ ਲੈਣੇ ਆ ਕਿ 10 ਦੇ ਲੈਣੇ ਆ, ਉਹ ਵੀ ਮਿਲ ਜਾਣਗੇ ਜੀ? ਉਹ ਵੀ ਮਿਲ ਜਾਣਗੇ। ਓਕੇ ਜੀ, ਕੀ ਬਾਤ ਹੈ, ਸਾਡੇ ਕੋਲ ਆਇਓ ਤੇ ਜ਼ਰੂਰ ਕੁਝ ਇੱਕ ਟੇਸਟ ਕਰਕੇ ਜਾਇਓ ਆ ਕੇ, ਬੜੀ ਮਿਹਰਬਾਨੀ ਹੋਏਗੀ ਜੀ। ਜੀ, ਤੁਸੀਂ ਦੇਖ ਸਕਦੇ ਆ ਕਿ ਸਾਡਾ ਵੀਰ ਜੋ ਸੀ ਪੂਰਾ ਸਮਾਰਟ ਬੰਦਾ ਜੀ, ਪਰ ਹੋਣੀ ਨੇ ਕਹਿ ਲਓ ਕਿ ਇਹਨਾਂ ਦੇ ਉੱਪਰ ਇੱਕ ਟ੍ਰੈਜਡੀ ਜੋ ਹੋਈ ਆ, ਔਰ ਅਸੀਂ ਚਾਹੁੰਦੇ ਹਾਂ ਕਿ ਅਗਰ ਇਹਨਾਂ ਦੀ ਮਦਦ ਹੋ ਸਕੇ, ਕੋਈ NGO ਵਾਲਾ ਵੀਰ ਕੋਈ ਜਾਂ ਕੋਈ ਇੱਦਾਂ ਦਾ ਜਿਹੜਾ ਜਿਹਨੂੰ ਕੁਛ ਗੁਰੂ ਰਾਮਦਾਸ ਜੀ ਨੇ ਕੁਛ ਦਿੱਤੀ ਹੈ ਸਮਰੱਥਾ, ਤਾਂ ਜ਼ਰੂਰ ਇਹਨਾਂ ਦੀ ਮਦਦ ਕਰਨ, ਇਹਨਾਂ ਦਾ ਨੰਬਰ ਵੀ ਅਸੀਂ ਦੇ ਦਿੰਦੇ ਹਾਂ ਇੱਥੇ, ਔਰ ਤੁਸੀਂ ਇਹਨਾਂ ਕੋਲ ਆਇਓ ਜ਼ਰੂਰ, ਔਰ ਇਹਨਾਂ ਕੋਲ ਕੁਛ ਨਾ ਕੁਛ ਖਾ ਕੇ ਤਾਂ ਜ਼ਰੂਰ ਜਾਓ, ਇਹਨਾਂ ਤੋਂ ਆਪਾਂ ਕਰ ਹੀ ਸਕਦੇ ਹਾਂ ਜੀ। ਔਰ ਇਹ ਭੈਣ ਜੀ ਜਗ੍ਹਾ ਕਿਹੜੀ ਦੱਸ? ਇਹ ਜੀ ਇੱਥੇ 2 ਐਡਰੈਸ ਪੈ ਜਾਂਦੇ, ਇੱਕ ਰਾਮਨਗਰ ਪੈਂਦਾ ਜੀ, ਆਦਰਸ਼ ਨਗਰ ਹੈਗਾ। ਆਦਰਸ਼ ਨਗਰ? ਹਾਂਜੀ, ਆਦਰਸ਼ ਨਗਰ, ਚਿੰਤਪੁਰਨੀ ਮੰਦਿਰ, ਮਿੰਟੇ ਕੁਆੜੀ ਦੇ ਸਾਹਮਣੇ। ਓਕੇ ਜੀ, ਹਾਂਜੀ, ਫੋਨ ਨੰਬਰ ਹੈਗਾ ਜੀ 99-88-0494-94। ਜੋ ਵੀਰ ਹੈ ਉਹਦਾ ਚਿਹਰਾ ਜੋ ਆ ਬਿਲਕੁਲ ਕਹਿ ਸਕਦੇ ਹਾਂ ਕਿ ਹੋਣੀ ਕਹਿ ਲਓ ਜਾਂ ਕੁਛ ਵੀ, ਅਸੀਂ ਕਹਿ ਨਹੀਂ, ਹੁਣ ਇੱਥੇ ਜ਼ਿਆਦਾ ਕੁਛ ਨਹੀਂ ਕਹਿ ਸਕਦੇ, ਪਰ ਆ ਜਿਹੜੀ ਲੈਫਟ ਅੱਖ ਹੈ ਨਾ ਜੀ, ਇਹਦੇ ਵਿੱਚ ਅਜੇ ਵੀ ਕੁਛ ਨਾ ਕੁਛ ਹੋ ਸਕਦਾ ਆ, ਔਰ ਇਲਾਜ ਜੇਕਰ ਚੱਲੇਗਾ, ਲੇਕਿਨ ਕੀ ਆ ਮਜਬੂਰ ਨੇ, ਆਪਣਾ ਰੋਟੀ ਪਾਣੀ ਹਜਾਉਣਾ ਔਖਾ ਹੋ ਰਿਹਾ ਜੀ। ਅੰਦਰ ਦੇਖ ਸਕਦੇ ਹਾਂ ਕਿ ਇਹਨਾਂ ਦੇ ਜੋ ਡੈਡੀ ਜੀ ਨੇ ਉਹ ਵੀ ਪਹਿਲਾਂ ਕੰਮਕਾਰ ਕਰਦੇ ਸੀ, ਉਹ ਵੀ ਹੁਣ ਬਿਮਾਰ ਪੈ ਚੁੱਕੇ ਆ। ਮਦਦ ਜੇ ਕੋਈ ਕਰ ਸਕਦਾ ਤਾਂ ਮੇਰਾ ਵੀਰ ਭਰਾ ਕੋਈ ਇੱਦਾਂ ਦੀ NGO ਵਾਲਾ ਦੇਖਦਾ ਤਾਂ ਜ਼ਰੂਰ ਇਹਨਾਂ ਨਾਲ ਕੰਟੈਕਟ ਕਰੋ, ਨੰਬਰ ਅਸੀਂ ਇੱਥੇ ਇਹਨਾਂ ਦੇ ਮੈਂਸ਼ਨ ਕਰ ਰਹੇ ਹਾਂ, ਅਸੀਂ ਜਿੰਨੇ ਜੋਗੇ ਹਾਂ ਅਸੀਂ ਵੀ ਕਰਾਂਗੇ, ਔਰ ਜਿੰਨੇ ਜੋਗੇ ਤੁਸੀਂ ਜੇ ਕਿਸੇ ਨੂੰ ਸਮਰੱਥਾ ਹੈ ਤਾਂ ਜ਼ਰੂਰ ਇਹਨਾਂ ਦੀ ਮਦਦ ਕਰੋ। ਮਿਲਦੇ ਹਾਂ ਕਿਸੇ ਅਗਲੇ ਵੀਡੀਓ